ਕੇ ਮੈਂ ਕਿ ਚਲੋ ਆਪਣੇ ਵੀਰਾਂ ਨੂੰ ਮਿਲ ਹੀ ਆਵਾਂ, ਗੱਪਾਂ ਸ਼ੱਪਾਂ ਹੀ ਲਾ ਆਵਾਂ, ਅਤੇ ਥੋੜ੍ਹਾ ਕੋਈ ਸਮਾਨ ਆਈ ਮੈਂ ਕੋਈ ਪੁੱਛਾ ਆਵਾਂ। ਕੰਮ ਤਾਂ ਜ਼ਿੰਦਗੀ ਦੀ ਥੀਂ ਦੇਰਾ ਸਿਰ ਇਹ ਸੁਣਾ ਤੌਲਾ ਬਾਲ ਖਿਆਲ ਚੰਗੀ ਰੱਖਾ ਹੈ ਇਹਦੀ ਸਤਹ ਨਹੀਂ ਜਾ ਕਿਉਂਕਿ ਵੈਲਕਮ ਟੂ ਅਨਦਰ ਵਲੌਗ। ਅਸਲਾਮ ਅਲੈਕੁਮ, ਮੈਂ ਆਪਣਾ ਖਾਨ ਤੁਸਾਂ ਦਾ YouTube ਚੈਨਲ ਤੋਂ ਖਾਨ ਸੇ ਵਲੌਗ ਵੀਰ ਕਰਨਾ ਸਾਰੇ ਠੀਕ ਠਾਕ ਹੋ ਚਾ। ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ, ਮੈਂ ਵੀ ਠੀਕ ਠਾਕ ਹਾਂ। ਤਾਂ ਕਾਫੀ ਦਿਨ ਬਾਅਦ ਵਲੌਗ ਬਣਾਉਣਾ ਪਿਆ ਕਿਉਂਕਿ ਘਰ ਗਿਆ ਹੈ, ਮੁੱਥੇ ਵਲੌਗ ਬਣਾਏ ਤੇ ਲੇਕਿਨ ਸਹੀ ਮਜ਼ਾ ਨਹੀਂ ਆਇਆ ਕਿਉਂਕਿ ਨੈਟਵਰਕ ਪ੍ਰੋਬਲਮ ਆਈ। ਅਤੇ ਹੁਣ ਵਾਪਸ ਆ ਗਿਆ ਮਿਲਦੇ ਹੋਏ ਫੈਸਲਾ ਬਾਅਦ। ਪਹਿਲੇ ਤਰੇ ਵਾਰ ਬਿਮਾਰ ਰਹੀ ਹੈ, ਬੁਖਾਰ ਰਹੀ ਹੈ, ਗਿੱਲਾ ਖਰਾਬ, ਜ਼ੁਕਾਮ, ਤਬੀਅਤ ਠੀਕ ਨਹੀਂ, ਤਾਂ ਵਾਸਤੇ ਕੋਈ ਵਲੌਗ ਨਹੀਂ ਬਣਾਇਆ। ਅੱਜ ਵਲੌਗ ਬਣਾਉਂਦਾ ਫਿਰ ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇ। ਅਤੇ ਚਲਦੇ ਹਾਂ ਵਲੌਗ ਤਰ੍ਹਾਂ, ਨਹਾ ਧੋ ਕੇ ਰੈਡੀ ਸ਼ੇਡੀ ਹੋ ਕੇ ਤਿਆਰੀ ਕਰਕੇ ਤੇ ਵਹਿੰਦਾ ਫਿਰ ਉਸਤੋਂ ਬਾਅਦ ਅਤਾ ਉਹਲੇ ਵਿਰਾਹ ਦੇ ਕੋਲ ਬੋਲਦਾ ਸਮਾਨ ਘਰੋਂ ਆਇਆ ਸੀ ਉਹ ਚਾਹੁਣ ਉਸ ਤੱਕ, ਅਤੇ ਮੈਂ ਚਲੋ ਮਿਲ ਹੀ ਹਾਂ। ਇਹ ਮਲੰਗ ਸਾਹਿਬ ਤੁਸੀਂ ਦੇਖ ਸਕਦੇ ਹੋ, ਵੀਡੀਓ ਬਣਾਉਂਦਾ ਖੜਾ, ਕਾਸ਼ੀ ਦੀ ਵੀਡੀਓ ਬਣਾਉਂਦਾ ਖੜਾ। ਕਾਸ਼ੀ ਕਿਹਦੀ ਤਿਆਰੀ ਕੀਤੀ ਖੜੇ ਹੋ? ਅਸੀਂ ਯਾਰ ਅੱਜ ਬਾਹਰ ਪਾਰਟੀ ਆ ਮਲੰਗ ਸਾਹਿਬ ਨੇ ਦਿੱਤੀ ਹੋਈ ਆ। ਕਹਿੰਦਾ ਆਪਣਾ 10 ਮਿਲੀਅਨ ਫਾਲੋਅਰ ਹੋ ਗਏ ਟਿਕਟੋਕ ਤੇ ਕੰਪਲੀਟ ਸਾਡੇ, ਤੇ 1 ਮਿਲੀਅਨ ਸਾਡੇ ਲਾਈਕ ਹੋ ਗਏ ਆ। ਵਾਹ, ਤੇ ਯਾਰ ਸਾਡੇ ਖਾਨ ਸਾਹਿਬ ਨੂੰ ਵੀ ਆਪਣਾ ਲਾਈਕ ਫਾਲੋ ਕਰਾਇਆ ਕਰੋ ਯਾਰ, ਕਮੈਂਟ ਵੀ ਕਰਿਆ ਕਰੋ। ਤੁਸੀਂ ਬੰਦੇ ਸਾਡੇ ਬੰਦੇ ਦੀ ਆਈਡੀ ਖਿਲਾਰ ਦਿੱਤੀ ਆ, ਮਿਹਰਬਾਨੀ ਕਰਿਆ ਕਰੋ, ਲਾਈਕ ਕਮੈਂਟ ਕਰਿਆ ਕਰੋ। ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਆ। ਤੇ ਬਾਕੀ ਮਲੰਗ ਸਾਹਿਬ ਤੁਸੀਂ ਕੁਝ ਦੱਸਣਾ ਚਾਹੋ ਆਪਣੇ ਫੈਨਾਂ ਨੂੰ? ਖਾਨ ਸਾਹਿਬ ਲਈ ਜੇ ਇਹਨਾਂ ਨੂੰ ਫਾਲੋ ਕਰੋਗੇ ਉਹ ਕੂਲਰ ਅੱਗੇ ਆਏਗਾ, ਪੰਜ ਇੱਕ ਗਲਾ ਲੱਭੇਗਾ। ਇਹ ਮਲੰਗ ਉਸ ਕੂਲਰ ਦੀ ਗੱਲ ਕਰਦੇ ਜਿਹੜੀ ਪਿਛਲੀ ਵੀਡੀਓ ਦੇ ਮਲੰਗ ਕੂਲਰ ਚ ਬੈਠਾ ਤੇ ਮਲੰਗ ਆਦਾ ਜੀ ਮੈਂ ਨਾ ਪਾਣੀ ਦੇ ਕੇ ਗਿਲਾਸ ਪਹਿਲਾ ਸਭ ਮੈਨੂੰ ਫਾਲੋ ਸਬਸਕ੍ਰਾਈਬ ਕਰੋ, ਬਹਰਲ ਸਬਸਕ੍ਰਾਈਬ ਕਰੋ, ਤੁਹਾਡੀ ਖੁਸ਼ੀ ਦੀ ਗੱਲ, ਅਗਰ ਦਿਲ ਚਾਹੇ ਤਾਂ ਕਰੋ ਫਾਲੋ ਲਾਜ਼ਮੀ ਕਰਾਏ। ਤੇ ਇਹ ਤਾਂ ਕਰੀ ਆਪਣੇ ਮਿਸ਼ਨ ਤੇ ਵੇਂਦੇ ਪੈਂਦੇ, ਮੈਂ ਵੇਂਦੇ ਵੀ ਫੈਸਲਾ ਬਾਅਦ ਆਪਣੇ ਵਿਰਾਹ ਦੇ ਕੋਲ ਸ਼ਾਮ ਥੀਂਦੀ ਪਈ। ਇਲਾਕੇ ਦੇ ਤਾਂ ਬਾਰਿਸ਼ ਆਈ ਲੇਕਿਨ ਇੱਥੇ ਤਾਂ ਮੌਸਮ ਸਾਫ਼ ਹੋ ਪਿਆ। ਮਲੰਗ ਰੋ ਕੇ ਤੇ ਮਲੰਗ ਆਖੇ ਜੀ ਮੈਂ ਇੱਕ ਸ਼ੇਰ ਸੁਣਾਉਣਾ, ਤੇ ਮਲੰਗ ਦੇ ਸ਼ੇਰ ਸੁਣ ਕੇ ਨਾ ਸੁਣਾ ਮਲੰਗੀ ਹੈ ਦਸ ਦਸ ਸ਼ੇਰ ਸੁਣਾ। ਉਹ ਕਾਲੀਆ ਨਾ ਕਲ ਜਿਹੜਾ ਗਿਰ ਜਾਂਦਾ, ਕਾਲੀਆ ਨਾ ਕਾ ਚੱਲ ਗਿਆ, ਤੂੰ ਸੁਣਿਆ ਨਾ ਕਾਲੀ ਕੋਈ ਰਾਮ ਤੋਂ ਵੜ ਗਿਆ ਮਾਈਕ ਸਭ ਵੜ ਗਿਆ ਪ੍ਰੋਗਰਾਮ ਵੜ ਗਿਆ ਮਲੰਗੀ ਕੀ ਹੈ ਸ਼ਰਮਾ ਤੂੰ ਵਧਣ ਦੇ ਨਾ ਨਾ ਕਿਉਂ ਕਹਿੰਦਾ ਪ੍ਰੋਗਰਾਮ ਵੜ ਗਿਆ। ਅੱਲਾਹੁ ਅਕਬਰ, ਤੌਬਾ, ਮਲੰਗ ਦਾ ਸਿਰਾਣਾ ਡਿੱਠਾ ਤੇ ਜੇ 100 ਸਾਲ ਪੁਰਾਣਾ ਹੈ, ਕਿਉਂ ਸੱਸ ਹੈ ਹੈ ਪ੍ਰੋਗਰਾਮ ਤੋਂ ਵੜ ਗਿਆ, ਤੈਨੂੰ ਸ਼ੇਰ ਸੁਣਾ ਬਣਾ ਹੈ ਭੁੱਲ ਗਿਆ ਸ਼ੇਰ ਓਏ ਪ੍ਰੋਗਰਾਮ ਕਿੰਨਾ ਵੜ ਗਿਆ ਕਿ ਓਨਾ ਵੜ ਗਿਆ, ਵੜ ਗਿਆ ਪ੍ਰੋਗਰਾਮ ਵੜ ਗਿਆ ਕਿਉਂ ਰਾਸ਼ਿਤ ਨੇ ਕਿ ਸੋਚ ਤੋਂ ਜ਼ਿਆਦਾ ਰਸ਼ ਕਿਉਂ ਹੈ, ਵਜ੍ਹਾ ਹੈ ਕਿ ਸ਼ਾਮ ਦਾ ਟਾਈਮ ਥੀਂਦਾ ਪਈ, ਹਰ ਬੰਦਾ ਡਿਊਟੀਆਂ ਵਾਲੇ ਮਕਾਮੀ ਲੋਕ ਜਿਹੜੇ ਨੇ ਡਿਊਟੀਆਂ ਆਪਣੇ ਖਤਮ ਕਰਕੇ ਤੇ ਵਾਪਸ ਆਪਣੇ ਘਰ ਨੂੰ ਆਉਂਦੇ ਹਨ। ਅਸਾਂ ਪਰਦੇਸੀ ਚੋਦੇ ਰੁਲਦੇ ਵਧੇ ਰੋਡਾਂ ਦੇ ਬਸ ਸਾਰੇ ਨਸੀਬ, ਹਰ ਬੰਦਾ ਮਜਬੂਰੀਆਂ ਤੋਂ ਪਰਦੇਸ ਰਹਿੰਦਾ ਕੋਈ ਸ਼ੌਕ ਨਹੀਂ ਰਹਿੰਦਾ ਪਿਆ, ਅਤੇ ਸਾਰੀਆਂ ਬੱਸਾਂ ਜਿਹੜੀਆਂ ਮਕਾਮੀ ਬੰਦਿਆਂ ਨੇ ਲੱਗੀਆਂ ਡਿਊਟੀਆਂ ਨੇ ਕੱਢੀਆਂ, ਇਹਨਾਂ ਨੂੰ ਗਾਰ ਛੁੜੇ ਸਿਰ। ਅਸਾਂ ਬਸ ਵਧਿਆ, ਅੱਲਾ ਸੋਹਣਾ ਹਰ ਕਹਿੰਦੀਆਂ ਕੱਟੇ, ਅਤੇ ਮੈਂ ਹੁਣ ਇਹ ਸਾਹਮਣੇ ਵਾਲੀ ਗੱਡੀ ਵਿੱਚ ਬਾਹਣੇ, ਇਹ ਤੋਰ ਮੁੱਕੀ ਨਿਕਲੀ ਗਈ, ਪਰਾਂ ਮੁੱਕੀ ਨਿਕਲੀ ਉਹ ਦਬਾ ਦੇ ਗਈ। ਸ਼ਾਮ ਠੀਕ ਹੀ ਵਿਲਾਗ ਤਾਂ ਮੈਂ ਰੱਖੀ ਵੜ, ਲੇਕਿਨ ਇਹ ਧਿਆਨ ਰੱਖ ਕਿਤਨੇ ਤੱਕ ਬਣਦਾ, ਕਿਤਨੇ ਤੱਕ ਬਣਦਾ, ਇਤਨੇ ਤੱਕ ਬਣੇ ਨੇ ਅਤੇ ਬਸ ਉਸ ਤੋਂ ਬਾਅਦ ਅਤੇ ਖਤਮ ਕਰ ਦੇ ਸੋ ਇਨਸ਼ਾਅੱਲਾ। ਇਸ ਟਾਈਮ ਪਹੁੰਚਿਆ ਖੜਨੇ ਵਾਲੇ ਮੇਨ ਅੱਡੇ ਦੇ ਵਿੱਚ, ਉਸ ਤੋਂ ਬਾਅਦ ਦੀ ਗੱਡੀ ਦੇਖੀ ਨੇ ਅਤੇ ਬਸ ਵਹਿੰਦੇ, ਉਸ ਤੋਂ ਬਾਅਦ ਮੈਨੂੰ ਪਤਾ ਸ਼ਾਮ ਥੀ ਹੋਣੀ ਕਿਉਂਕਿ ਅਨਾਰਾ ਪੇੜ ਅਨਾਰਾ ਕੀ ਹੋਏਗਾ, ਸ਼ਾਮ ਤੋਂ ਮੇਰੀ ਠੀਕ ਹੈ ਜੀ 6:30 ਵਜੇ ਤੱਕ। ਇਹ ਸਾਹਮਣੇ ਵਾਲੀ ਗੱਡੀ ਦੀ ਜਬਾਨ ਦੇਗਾ ਸਹੀ ਤਾਂ ਫੁੱਲ ਖੜੀ ਹੈ ਨਿਕਲ ਪਾਉਣੀ ਹੈ।
वेलकम बैक व्यूअर्स। रात मौसम बहुत ज़्यादा ख़राब सी गया, इतनी बारिश ही चंगी भली आई है। अपने बड़े खान भाई के कोल पहुंच चुका। खान भाई ने गप्पा शप लाई, फुल पश्तून माहौल। खान भाई एक मिनट चलो है। हेलो चल बिराद फैक्ट्री जो निकल के बाहर आए हैं, चाय शाय पीने गप्पा शप लाने बाहर माहौल ले दिया। बड़ी खुशी तो ये समोसे समोसे बन के खाने चलते हैं। समोसा पिछली बार ये खान भाई उदास था, दिल से था खान भाई वो उन्हें खुश है। हाँ साला भाई दिल के लगा पिए पहला दिल लगा पिए खुश होते हो। ये खुश रिया कर आबाद रिया कर, ये टेंशन है परेशानियाँ है बस का दार पानी तेरे पे खुश रहो। अल्लाह पाक भाई जान सारे में खुश रखे। चंगी रखा है शौक लगा खड़े।
ਵਾਲਾ ਦੇ ਵਾਲਾ ਇਫਾਰਤ ਕਰਨੀ ਪੋਦੀ ਹਾਂ ਦੇ ਤਾਂ ਕਿਆ ਕਹੀ ਕਹਿੰਦਾ ਸਾਰ ਬੰਦੇ ਤੇ ਤਿੰਨ ਦੀ ਹਿਫਾਜ਼ਤ ਕਰਨੀ ਪਉਂਦੀ ਵਾਲਾਂ ਦੀ ਮੈਂ ਵੀ ਰੱਖਿਆ ਹੈ ਕੋਈ ਦੀਵਾਰਾਂ ਤੇ ਮੈਂ ਤੰਗ ਸੀ ਕੋਈ ਜ਼ੀਰੋ ਤੇ ਕਰਾ ਤਿੰਨ ਜਿਹੜਾ ਬੰਦਾ ਵੱਡੇ ਵਾਲ ਸਾਂਭ ਸਾਂਭੀ ਉਹ ਰਖਾਵੇ ਸਾਡੇ ਵਾਸਤੇ ਤਾਂ ਗੱਲ ਤਾਂ ਭਾਈ ਦਾ ਜ਼ਰੂਰ ਤਾਂ ਸਟੈਟ ਚੈੱਕ ਕਰੋ ਆਕੇ ਜੀ ਤੁਸਾਂ ਕਿਹੜੇ ਪਾਸੋਂ ਖਾਨ ਹੋ ਅਸਾਂ ਹੈ ਨਹੀਂ ਖਾਨ ਹਾਂ ਖਾਨ ਖਾਨ ਪੁੱਛਣ ਅਸਾਂ ਹੈ ਚੁ ਖਾਨ ਕੋਈ ਚੱਕ ਚੁਪਾ ਆਪਣੀ ਮੰਜ਼ਿਲ ਨੂੰ ਸਾਰੇ ਕੰਮ ਸ਼ਮ ਕਿਧਰ ਕਰ ਕੱਲ ਦਾ ਨਿਕਲ ਵਾਪਸ ਰਹਿੰਦਾ ਪਿਆ ਆਪਣੀ ਮਿਲ ਦੇ ਵਿੱਚ ਅੱਜ ਤਾਂ ਵਿਲਾ ਕਿਤੇ ਖਤਮ ਕਰੀਦਾ ਇਨਸ਼ਾਅੱਲਾ ਮਿਲ ਸੂ ਮੁਲਾਕਾਤ ਹੋ ਸਕਦੀ ਵਿਲਾ ਦੇ ਵਿੱਚ ਅਗਰ ਅੱਛਾ ਲੱਗੇ ਫੇਸਬੁੱਕ ਪੇਜ ਫਾਲੋ ਕਰ ਛੋੜਾ ਹੈ ਚੈਨਲ ਸਬਸਕ੍ਰਾਈਬ ਕਰ ਛੋੜਾ ਹੈ ਇਨਸ਼ਾਅੱਲਾ ਮਤ ਮਿਲ ਸੂ ਅਗਲੇ ਵਿਲਾ ਕੇ ਅੱਲਾ ਦੇ ਕੇ ਬਰਾਂ